ਪੰਜਾਬੀ ਭਾਸ਼ਾ ਦੇ ਖੇਤਰ। ਪੰਜਾਬੀ ਬੋਲੀ ਦੇ ਖੇਤਰ ਸਾਰੇ ਵਿਸ਼ਵ ਦੇ ਵਿੱਚ ਫੈਲੇ ਹੋਏ ਹਨ। ਤਾਂ ਹੀ ਤੁਹਾਡੇ ਲਈ ਇਹ ਸੰਸਾਰ ਦਾ ਨਕਸ਼ਾ ਲੈ ਕੇ ਆਏ ਹਾਂ, ਕਿਉਂਕਿ ਸਾਰੇ ਸੰਸਾਰ 'ਚ 7 ਸਮੁੰਦਰਾਂ ਦੇ ਪਾਰ ਵੀ ਪੰਜਾਬੀ ਵਸੇ ਹੋਏ ਹਨ, ਅਤੇ ਜਿੱਥੇ ਪੰਜਾਬੀ ਵਸੇ ਹਨ ਉੱਥੇ ਮਾਂ ਬੋਲੀ ਪੰਜਾਬੀ ਵੀ ਵਸੀ ਹੋਈ ਹੈ। ਸੋ ਗੱਲ ਕਰਦੇ ਹਾਂ ਖੇਤਰਾਂ ਦੀ। ਪਹਿਲਾਂ ਇੱਕ ਛੋਟਾ ਜਿਹਾ ਸਵਾਲ ਕਿ ਇਸ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਵਧੇਰੇ ਪੰਜਾਬੀ ਬੋਲਣ ਵਾਲੇ ਬੁਲਾਰੇ ਕਿਸ ਦੇਸ਼ ਵਿੱਚ ਹੋਣਗੇ ਜੀ? ਪਰ ਤੁਹਾਡੇ 'ਚੋਂ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਆ ਭਾਰਤ, ਪਰ ਅਸਲੀਅਤ ਕੀ ਹੈ? ਪਾਕਿਸਤਾਨ। ਸੋ ਇਹ ਜਿਹੜਾ ਪਾਕਿਸਤਾਨ ਦਾ ਇਲਾਕਾ, ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਬੁਲਾਰੇ ਹਨ। ਅੱਗੋਂ ਗੱਲ ਕਰਦੇ ਹਾਂ ਹੋਰ ਦੇਸ਼ਾਂ ਦੀ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਹੈ ਭਾਰਤ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ, ਅਤੇ ਇਸ ਦੇਸ਼ ਦੇ ਵਿੱਚੋਂ ਬਾਕੀ ਦੁਨੀਆ ਦੇ ਵਿੱਚ ਵੀ ਪੰਜਾਬੀ ਗਏ ਅਤੇ ਉੱਥੇ ਮਾਂ ਬੋਲੀ ਨੂੰ ਸਥਾਪਿਤ ਕੀਤਾ, ਜਿਵੇਂ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ, ਅਮਰੀਕਾ, ਸੰਯੁਕਤ ਰਾਜ ਅਮਰੀਕਾ ਵਿੱਚ, ਇੱਥੇ ਹੈ ਜੀ UK, ਇੰਗਲੈਂਡ, ਬਰਤਾਨੀਆ ਜਿਸ ਨੂੰ ਅਸੀਂ ਕਹਿੰਦੇ ਹਾਂ, ਇਸੇ ਤਰ੍ਹਾਂ ਕੁਝ ਪੰਜਾਬੀ ਅਫਰੀਕਾ 'ਚ ਵੀ ਵਸਦੇ ਹਨ। ਹੇਠਾਂ ਵੇਖੀਏ ਤਾਂ ਆਸਟ੍ਰੇਲੀਆ, ਜਿੱਥੋਂ ਦਾ ਅਸੀਂ ਸਟੱਡੀ ਵੀਜ਼ਾ ਸੌਖਾ ਮੰਨਦੇ ਹਾਂ ਅਤੇ ਉੱਥੇ ਜਾਂਦੇ ਹਾਂ, ਸੋ ਆਸਟ੍ਰੇਲੀਆ 'ਚ ਬਹੁਤ ਪੰਜਾਬੀ ਹਨ, ਅਤੇ ਨਾਲ ਉਸ ਤੋਂ ਵੀ ਪਰੇ ਇੱਥੇ ਵੇਖੋ ਨਿਊਜ਼ੀਲੈਂਡ, ਨਿਊਜ਼ੀਲੈਂਡ 'ਚ ਪੰਜਾਬੀ ਵਸਦੇ ਹਨ। ਜਿਹੜੇ ਅਰਬ ਦੇਸ਼ ਹਨ ਸਾਡੇ, ਉਹਨਾਂ ਦੇ ਵਿੱਚ ਮਲੇਸ਼ੀਆ, ਸਿੰਗਾਪੁਰ, ਇਹ ਸਾਰਾ ਜਿਹੜਾ ਇਲਾਕਾ, ਇਹਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਵਸਦੇ ਹਨ। ਯੂਰਪ ਦੇ ਵਿੱਚ ਇਕੱਲੇ ਬਰਤਾਨੀਆ 'ਚ ਹੀ ਨਹੀਂ, ਬਲਕਿ ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ, ਪੋਲੈਂਡ, ਸਵੀਡਨ, ਨਾਰਵੇ ਤੱਕ ਪੰਜਾਬੀਆਂ ਦਾ ਪਰਚਮ ਲਹਿਰਾ ਰਿਹਾ ਹੈ। ਇਸ ਕਰਕੇ ਜਿਹੜੀ ਇਹ ਬੋਲੀ ਆ 7 ਸਮੁੰਦਰ ਪਾਰ ਤੱਕ ਪ੍ਰਸਿੱਧ ਹੈ। ਜ਼ਰੂਰਤ ਹੈ ਇਸ ਦੀ ਸ਼ੁੱਧਤਾ ਨੂੰ ਬਰਕਰਾਰ ਰੱਖੀਏ, ਕਿਤੇ ਇਹ ਨਾ ਹੋਵੇ ਕਿ ਆਪਣੇ ਘਰ ਦੇ ਵਿੱਚ ਵੀ ਇਸ ਦੀ ਬੇਕਦਰੀ ਹੋਵੇ ਅਤੇ ਉਹ ਤੌਖਲਾ ਸਹੀ ਹੋਵੇ, ਜਿਹੜਾ ਫਿਰੋਜ਼ਦੀਨ ਸ਼ਰਫ ਨੇ ਕਿਹਾ ਸੀ, ਜਿੰਨਾ ਕਦਰ ਨਾ ਪਾਈ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀ। ਅਗਰ ਭਾਰਤ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਸਭ ਤੋਂ ਜ਼ਿਆਦਾ ਬੁਲਾਰੇ ਪੰਜਾਬ ਵਿੱਚ ਮੌਜੂਦ ਹਨ। ਇਹ ਸਾਡਾ ਪੰਜਾਬ ਜਿਹੜਾ ਕਿ ਇੱਥੇ ਸੰਤਰੀ ਰੰਗ ਵਿੱਚ ਵਿਖ ਰਿਹਾ ਹੈ, ਉਹ ਹੈ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਂਚਲ, ਜੋ ਪਹਿਲਾਂ ਪੂਰਾ ਉੱਤਰ ਪ੍ਰਦੇਸ਼ ਦਾ ਹਿੱਸਾ ਸੀ, ਤਰਾਈ ਵਾਲੇ ਖੇਤਰ 'ਚ ਕਾਫ਼ੀ ਪੰਜਾਬੀ ਵਸਦੇ ਸੀ, ਜ਼ਮੀਨਾਂ ਲਈਆਂ ਸੀ ਉੱਥੇ, ਅਤੇ ਹੁਣ ਇਹਨੂੰ ਅਸੀਂ ਉੱਤਰਾਂਚਲ ਕਰਕੇ ਜ਼ਿਆਦਾ ਜਾਣਦੇ ਹਾਂ। ਰਾਜਸਥਾਨ ਦਾ ਥੋੜ੍ਹਾ ਜਿਹਾ ਹਿੱਸਾ ਅਤੇ ਉੱਪਰ ਜੰਮੂ ਕਸ਼ਮੀਰ ਵਾਲਾ ਇਲਾਕਾ, ਅਤੇ ਖਾਸ ਕਰਕੇ ਜਿਹੜਾ ਸਾਡਾ ਰਾਜਧਾਨੀ ਦਿੱਲੀ ਵਾਲਾ ਇਲਾਕਾ, ਹੁਣ ਇੱਕ ਸੂਬਾ ਵੀ ਬਣ ਗਿਆ, ਦਿੱਲੀ ਦੇ ਵਿੱਚ ਵੀ ਪੰਜਾਬੀ ਬੋਲਣ ਵਾਲੇ ਮੌਜੂਦ ਹਨ। ਪੰਜਾਬੀ ਦੀਆਂ ਜੋ ਗਵਾਂਢੀ ਬੋਲੀਆਂ ਹਨ, ਉਹ ਹਨ ਜਿਹੜੇ ਇਹਦੇ ਗਵਾਂਢੀ ਖੇਤਰ 'ਚ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਮਕਬੂਲ ਹਨ। ਹੇਠਾਂ ਵੱਲ ਦੇਖੀਏ ਤਾਂ ਇੱਥੇ ਹਿੰਦੀ ਦਾ ਪ੍ਰਭਾਵ ਕਾਫ਼ੀ ਹੈ, ਰਾਜਸਥਾਨੀ ਬੋਲੀ ਵੀ ਹੈ, ਗੁਜਰਾਤੀ ਤਾਂ ਦੂਰ ਰਹਿ ਜਾਂਦੀ ਹੈ ਪਰ ਫਿਰ ਵੀ ਥੋੜ੍ਹਾ ਬਹੁਤ ਸੰਬੰਧ ਜੁੜ ਜਾਂਦਾ ਹੈ। ਪਾਕਿਸਤਾਨ ਵਾਲੇ ਪਾਸੇ ਉਰਦੂ ਦਾ ਪ੍ਰਭਾਵ ਵੀ ਹੈ, ਅਤੇ ਜਿਹੜੀਆਂ ਪੱਛਮੀ ਪੰਜਾਬੀ ਉਪ ਬੋਲੀਆਂ ਹਨ, ਸਰਾਇਕੀ, ਮੁਲਤਾਨੀ, ਪੋਠੋਹਾਰੀ, ਉਹਨਾਂ ਦਾ ਅਸਰ ਹੈ। ਇਸੇ ਤਰ੍ਹਾਂ ਹੀ ਉੱਪਰ
ਜੰਮੂ ਕਸ਼ਮੀਰ ਵਾਲੇ ਇਲਾਕੇ ਵਿੱਚ ਡੋਗਰੀ ਪ੍ਰਚਲਿਤ ਹੈ, ਹਿਮਾਚਲ ਵਾਲੇ ਇਲਾਕੇ ਵਿੱਚ ਕਾਂਗੜੀ ਪ੍ਰਚਲਿਤ ਹੈ। ਸੋ ਇਸ ਦੀਆਂ ਕਾਫੀ ਸਾਰੀਆਂ ਗਵਾਂਢੀ ਬੋਲੀਆਂ ਨੇ, ਪਰ ਪੰਜਾਬੀ ਦੀ ਪਛਾਣ ਵੱਖਰੀ ਹੈ ਤੇ ਸ਼ਾਨ ਵੀ ਵੱਖਰੀ। ਕਹਿੰਦੇ 12 ਕੋਤੇ ਬੋਲੀ ਬਦਲ ਜਾਂਦੀ ਹੈ, ਤੇ ਪੰਜਾਬ ਸੂਬੇ ਦੇ ਵਿੱਚ ਬਹੁਤ ਸਾਰੀਆਂ ਉਪ ਬੋਲੀਆਂ ਪ੍ਰਚਲਿਤ ਹੋਈਆਂ। ਉਪ ਬੋਲੀਆਂ ਡਾਇਲੈਕਟ, ਜਿਨ੍ਹਾਂ ਦਾ ਅਰਥ ਹੈ ਕਿ ਕਿਸੇ ਖੇਤਰ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਵਾਲੀ ਜਿਹੜੀ ਕੋਈ ਬੋਲੀ ਹੋਵੇ। ਜਿਵੇਂ ਕਿ ਇਸ ਪੰਜਾਬ 'ਚ ਕਈ ਖੇਤਰ ਨੇ, ਇੱਥੋਂ ਦੇ ਲੋਕਾਂ ਨੇ ਆਪਣੀ ਅਲੱਗ ਬੋਲੀ ਬਣਾ ਲਈ, ਇੱਥੋਂ ਵਾਲਿਆਂ ਦੀ ਬੋਲੀ ਥੋੜ੍ਹਾ ਜਿਹਾ ਵੱਖਰੇਵਾਂ ਮਿਲਦਾ, ਇੱਥੇ ਕੁਝ ਹੋਰ ਵਿਸ਼ੇਸ਼ਤਾਵਾਂ ਮਿਲਦੀਆਂ ਨੇ। ਕੁੱਲ ਮਿਲਾ ਕੇ ਅਸੀਂ ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬੀ ਹਾਂ, ਪਰ ਕੁਝ ਉਪ ਬੋਲੀਆਂ ਹਨ ਜਿਹੜੀਆਂ ਕਿ ਇਲਾਕਾਈ ਵਿਸ਼ੇਸ਼ਤਾਵਾਂ, ਵਿਲੱਖਣਤਾਵਾਂ ਰੱਖਦੀਆਂ ਹਨ। ਆਓ ਉਹਨਾਂ 'ਤੇ ਚਰਚਾ ਕਰਦੇ ਹਾਂ। ਇਹ ਸਾਰੀਆਂ ਸਾਡੀਆਂ ਭਾਰਤੀ ਪੰਜਾਬ ਜਾਂ ਪੂਰਬੀ ਪੰਜਾਬ ਦੀਆਂ ਉਪ ਬੋਲੀਆਂ ਜਿਨ੍ਹਾਂ 'ਤੇ ਆਪਾਂ ਨਜ਼ਰ ਸਾਨੀ ਕਰਾਂਗੇ। ਸੋ ਸਭ ਤੋਂ ਪਹਿਲੀ ਮਾਝੀ ਉਪ ਬੋਲੀ, ਜਿਹੜੀ ਕਿ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਦਾ ਜਿਹੜਾ ਇਲਾਕਾ, ਇਹ ਮਾਝੀ ਦਾ ਇਲਾਕਾ। ਸੋ ਮਾਝੀ ਇੱਥੇ ਬੋਲੀ ਜਾਂਦੀ ਹੈ। ਇਸੇ ਤਰ੍ਹਾਂ ਜੇ ਦੁਆਬੀ ਦੀ ਗੱਲ ਕਰੀਏ ਤਾਂ ਦੁਆਬੀ ਦੋਆਬ, ਦੋ ਪਾਣੀਆਂ ਵਿਚਕਾਰਲਾ ਇਲਾਕਾ, ਜਿਵੇਂ ਕਿ ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ, ਇਹਨਾਂ ਚਾਰ ਜ਼ਿਲ੍ਹਿਆਂ ਵਾਲੇ ਖਾਸ ਇਲਾਕੇ ਦੇ ਵਿੱਚ ਜਿਹੜੀ ਦੁਆਬੀ ਉਪ ਬੋਲੀ ਬੋਲੀ ਜਾਂਦੀ ਹੈ। ਉਸ ਪਿੱਛੋਂ ਗੱਲ ਕਰਦੇ ਹਾਂ, ਸਭ ਤੋਂ ਵੱਡੇ ਇਲਾਕੇ ਮਾਲਵੇ ਦੀਆਂ ਵਿਸ਼ੇਸ਼ਤਾਵਾਂ ਦੀ ਅਤੇ ਉਪ ਬੋਲੀ ਦੀ। ਮਾਲਵੇ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆ ਜਾਂਦੇ ਹਨ? ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ ਅਤੇ ਕੁਝ ਹਿੱਸਾ ਪਟਿਆਲੇ ਦਾ, ਇਹ ਵੀ ਇਸ ਦੇ ਵਿੱਚ ਆ ਜਾਂਦਾ ਹੈ। ਅਤੇ ਮਲਵਈ ਦੇ ਵਿੱਚ ਤੁਸੀਂ ਜਾਣਦੇ ਹੀ ਹੋ, ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਗੁਰਦਿਆਲ ਸਿੰਘ ਹੁਣੀ, ਅਜਮੇਰ ਸਿੰਘ ਔਲਖ ਹੁਣੀ ਇਸ ਧਰਤੀ ਦੇ ਨਾਲ ਜੁੜੇ ਆਂਚਲਿਕ ਨਾਵਲ, ਨਾਟਕ ਲਿਖਣ ਵਾਲੇ ਲਿਖਾਰੀ ਹੋਏ ਹਨ। ਅਤੇ ਉਸ ਤੋਂ ਬਾਅਦ ਆਪਾਂ ਆਪਣੀ ਚੌਥੀ ਉਪ ਬੋਲੀ ਦੀ ਗੱਲ ਕਰਦੇ ਹਾਂ, ਉਹ ਹੈ ਪੁਆਧੀ। ਪੁਆਧੀ ਜਿਹੜਾ ਪੂਰਬ ਅਰਧ, ਇਸਦਾ ਜੇ ਆਪਾਂ ਸ਼ਾਬਦਿਕ ਅਰਥ ਵੇਖਦੇ ਹਾਂ ਤਾਂ ਉਹ ਹੈ ਪੂਰਬ ਵਾਲਾ ਅੱਧਾ ਹਿੱਸਾ, ਮਤਲਬ ਇਹ ਵਾਲਾ ਹਿੱਸਾ। ਇਹ ਜਿਹੜਾ ਹਿੱਸਾ, ਇਹ ਚੰਡੀਗੜ੍ਹ ਦੇ ਨਜ਼ਦੀਕ ਆ, ਪਟਿਆਲੇ ਦਾ ਕੁਝ ਹਿੱਸਾ, ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਅਤੇ ਰੋਪੜ ਦਾ ਕੁਝ ਹਿੱਸਾ ਇਹਦੇ ਵਿੱਚ ਆਉਂਦਾ। ਇਹ ਹੈ ਪੁਆਧੀ ਉਪ ਬੋਲੀ। ਅਗਰ ਅਸੀਂ ਪੱਛਮੀ ਪੰਜਾਬੀ ਉਪ ਬੋਲੀਆਂ ਦੀ ਗੱਲ ਕਰੀਏ ਤਾਂ ਇਹ ਪਾਕਿਸਤਾਨ ਵਾਲੇ ਇਲਾਕੇ ਵਿੱਚ ਆ ਜਾਂਦੀਆਂ ਹਨ। ਪੋਠੋਹਾਰੀ, ਮੁਲਤਾਨੀ, ਸਰਾਇਕੀ ਅਤੇ ਪਹਾੜੀ ਪੰਜਾਬੀ ਉਪ ਬੋਲੀਆਂ ਹਨ। ਜੰਮੂ ਕਸ਼ਮੀਰ ਵੱਲ ਡੋਗਰੀ, ਕਾਂਗੜੀ, ਹਿਮਾਚਲ ਪ੍ਰਦੇਸ਼ 'ਚ ਕਿਉਂਕਿ ਕਾਂਗੜਾ ਹੈ ਉੱਥੇ ਇਹ ਬੋਲੀਆਂ ਪ੍ਰਚਲਿਤ ਹਨ। ਹੇਠਾਂ ਰਾਠੀ ਅਤੇ ਪਟਿਆਣੀ, ਰਾਜਸਥਾਨ ਵੱਲ ਬੋਲੀਆਂ ਜਾਣ ਵਾਲੀਆਂ, ਘੱਗਰ ਵੱਲ ਬੋਲੀਆਂ ਜਾਣ ਵਾਲੀਆਂ ਉਪ ਬੋਲੀਆਂ ਸੀ, ਜਿਹੜੀਆਂ ਅੱਜ ਕੱਲ੍ਹ ਬਿਲਕੁਲ ਅਲੋਪ ਹੋ ਚੁੱਕੀਆਂ।